ਇੱਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਇਹ ਰੇਡੀਓ ਡਾਕੂਮੈਂਟਰੀ ਸੀਰੀਜ਼ ਨਵੰਬਰ 1984 ਸਿੱਖ ਕਤਲੇਆਮ ਦੀਆਂ ਘਟਨਾਵਾਂ ਨਾਲ ਸੰਬੰਧਿਤ ਹੈ ਅਤੇ ਇਸ ਦਾ ਮਕਸਦ ਕੋਈ ਜਜਮੈਂਟ ਦੇਣਾ ਨਹੀਂ, ਕਿਉਂਕਿ ਇਸ ਵੇਲੇ ਇਸ ਸੰਬੰਧੀ ਵੱਖ ਵੱਖ ਭਾਰਤੀ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ। ਜੀ ਮੀਡੀਆ ਗਰੁੱਪ ਅਤੇ ਰੇਡੀਓ ਰਮਜ਼ ਪੰਜਾਬੀ ਦਾ ਕਿਸੇ ਵੀ ਬੁਲਾਰੇ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਅਤੇ ਨਾ ਹੀ ਸਾਡਾ ਮਕਸਦ ਕਿਸੇ ਦੀਆਂ ਵਿਅਕਤੀਗਤ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। Cloud of smoke hung over New Delhi for most of the day. Fires burning in many districts. Mrs. Gandhi was a Hindu. Her two killers were Sikhs, and the overwhelming Hindu majority in the capital was wasting little time gaining revenge. The police were largely ineffective, often taking no action against the mobs, and only occasionally was a shop saved. ਦਿਲਜੀਤ ਕੌਰ ਸੋਨੀ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਤੀ ਮਾਰ ਪਈ ਕੁਰਲਾਣੀ ਤੈਂ ਕੀ ਦਰਦ ਨਾ ਆਇਆ। ਜੀ ਹਾਂ, ਅਸੀਂ ਲਗਾਤਾਰ ਸੀਰੀਜ਼ ਚਲਾ ਰਹੇ ਹਾਂ ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਉਸ ਦਰਦ ਦੀ ਗੱਲ ਕਰ ਰਹੇ ਹਾਂ ਜੋ 1984 ਦੇ ਵਿੱਚ ਸਾਨੂੰ ਦੇ ਗਿਆ ਅਤੇ ਅੱਜ ਤੱਕ ਵੀ ਉਹਦੇ ਜਿਹੜੇ ਜ਼ਖਮ ਹੈ ਨਾ ਤਾਂ ਭਰ ਸਕੇ ਅਤੇ ਨਾ ਹੀ ਮਰਮ ਲੱਗ ਸਕੇ। ਅੱਜ ਗੱਲ ਕਰਦੇ ਹਾਂ ਜਿੱਥੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ ਉੱਥੇ 16 ਰਾਜਾਂ 'ਚ ਹੋਰ ਵੀ ਕਤਲੇਆਮ ਹੋਇਆ। ਉਹਨਾਂ 16 ਰਾਜਾਂ ਦੇ ਵਿੱਚ ਜੰਮੂ, ਹਿਮਾਚਲ, ਹਰਿਆਣਾ, ਯੂਪੀ, ਬਿਹਾਰ, ਵੈਸਟ ਬੰਗਾਲ, ਛੱਤੀਸਗੜ੍ਹ, ਦਿੱਲੀ, ਝਾਰਖੰਡ, ਮੱਧ ਪ੍ਰਦੇਸ਼, ਗੁਜਰਾਤ, ਉੜੀਸਾ, ਆਂਧਰਾ ਪ੍ਰਦੇਸ਼, ਕੇਰਲਾ, ਤਾਮਿਲਨਾਡੂ, ਕੋਲਕਾਤਾ, ਤ੍ਰਿਪੁਰਾ ਅਤੇ ਪਟਨਾ। ਅਤੇ ਅਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਮਦਦ ਦੇ ਨਾਲ ਕਸ਼ਮੀਰ ਦੇ ਪੀੜਤਾਂ ਦੀ ਜਿਹੜੀ ਹੈ ਸਟੇਟਮੈਂਟ ਲਈ ਹੈ 1984 ਦੇ ਜਿਹੜੇ ਵਿਕਟਮਸ ਹੈ। ਅਤੇ ਕਸ਼ਮੀਰ ਦੇ ਰਿਆਸੀ ਦੇ ਵਿੱਚ 1 ਨਵੰਬਰ ਨੂੰ 3000 ਗਿਣਤੀ ਜੋ ਕਿ ਕਾਤਲ ਹਜ਼ੂਮ ਸੀ ਉਸਨੇ ਨਿਸ਼ਾਨ ਸਾਹਿਬ ਨੂੰ ਤੋੜਿਆ, ਗੁਰਦੁਆਰਾ ਸਾਹਿਬ ਨੂੰ ਅੱਗ ਦੇ ਭੇਟ ਕੀਤਾ। ਔਰ ਇਸ ਤੋਂ ਇਲਾਵਾ ਉਹ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੀਆਂ ਤਿਆਰੀਆਂ ਕਰ ਰਹੇ ਸਨ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਾਤਲ ਹਜ਼ੂਮ ਉਹਨਾਂ ਵੱਲ ਆ ਰਿਹਾ ਹੈ ਅਤੇ 17 ਸਿੱਖ ਜਿਹੜੇ ਸੀਗੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਸ ਕੋਸ਼ਿਸ਼ ਦੇ ਤਹਿਤ ਉਹਨਾਂ ਨੇ ਸ਼ਹੀਦੀ ਹਾਸਲ ਕੀਤੀ। ਉਸ ਕਾਤਲ ਹਜ਼ੂਮ ਨੇ ਉਹਨਾਂ ਨੂੰ ਲਾਈਨ ਦੇ ਵਿੱਚ ਬਿਠਾ ਕੇ ਸਰੀਆਂ ਦੇ ਨਾਲ ਔਰ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਮਾਰਿਆ ਅਤੇ ਉਸ ਗੁਰਦੁਆਰੇ 'ਤੇ ਹਮਲਾ ਕੀਤਾ ਔਰ ਗੁਰਦੁਆਰੇ ਦਾ ਥੜਾ ਸਾਹਿਬ ਢਾ ਦਿੱਤਾ, ਉਸਨੂੰ ਅਗਨ ਭੇਟ ਕਰ ਦਿੱਤਾ ਗਿਆ। ਅਤੇ ਉਹਨਾਂ ਹੀ ਵਿਕਟਮਸ ਦੇ ਜਿਹੜੀਆਂ ਸਟੇਟਮੈਂਟਸ ਨੇ ਉਹ ਅਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਡਾਕੂਮੈਂਟਰੀ ਦੇ ਵਿੱਚੋਂ ਲਈਆਂ ਨੇ। ਆਓ ਥੋੜ੍ਹਾ ਜਿਹਾ ਉਹਨਾਂ ਵਿਕਟਮਸ ਦੇ ਖੁਦ ਦੀ ਮੂੰਹ ਜ਼ਬਾਨੀ ਕੀਤੀਆਂ ਹੋਈਆਂ ਗੱਲਾਂ ਔਰ ਕੀਤੇ ਹੋਏ ਬਿਆਨ ਸੁਣਦੇ ਹਾਂ। ਮੇਰੇ ਪਤੀ ਹੀਰਾ ਸਿੰਘ ਜੀ ਉਸ ਵੇਲੇ ਕੁਆਟਰ ਦੇ ਵਿੱਚ ਸੀਗੇ ਅਤੇ ਸਾਨੂੰ ਪਤਾ ਲੱਗਾ ਵੀ ਲਾਗੇ ਰਿਆਸੀ ਦਾ ਗੁਰਦੁਆਰਾ ਜਿਹੜਾ ਸੀ ਉਹ ਸਾੜਦੇ ਪਏ ਸੀਗੇ ਅਤੇ ਥੋੜ੍ਹੇ ਚਿਰ ਬਾਅਦ ਫਿਰ ਸਾਨੂੰ ਪਤਾ ਲੱਗਾ ਵੀ ਇੱਥੇ ਵੀ ਜੂਮ ਜਿਹੜਾ ਉਹ ਇਕੱਠਾ ਹੋ ਕੇ ਆ ਰਿਹਾ ਅਤੇ ਘਰ ਦੇ ਵਿੱਚ ਜਿਹੜੇ ਗੁਰਦੁਆਰੇ ਦੇ ਸਾਰੇ ਮੈਂਬਰ ਸੀ ਨਾ ਉਹ ਸੱਦਣ ਵਾਸਤੇ ਆ ਗਏ ਮੇਰੇ ਪਤੀ ਨੂੰ। ਉਹ 17-18 ਜਾਣੇ ਇਕੱਠੇ ਹੋ ਕੇ ਨਾ ਗੁਰਦੁਆਰੇ ਵਿੱਚ ਚਲੇ ਗਏ। ਉਹਨਾਂ ਕਿਹਾ ਵੀ ਮਹਾਰਾਜ ਦੀ ਦੇਹ ਜਿਹੜੀ ਆ ਅਸੀਂ ਉੱਥੋਂ ਕੱਢ ਲਈਏ ਗੁਰਦੁਆਰੇ 'ਚ। ਉਹਨਾਂ ਆਪਣੀ ਵੱਲੋਂ ਇਹੀ ਕੋਸ਼ਿਸ਼ ਕੀਤੀ ਪਰ ਇਹਨੇ ਨੂੰ ਪਤਾ ਲੱਗਾ ਕਿ ਗੁਰਦੁਆਰੇ ਦੇ ਵਿੱਚ ਜੂਮ ਨੇ ਘੇਰਾ ਪਾ ਲਿਆ। ਉਹ ਸਾਰੇ ਜਾਣੇ 20 ਜਾਣੇ ਸੀਗੇ ਉਹ ਵਿੱਚੇ ਹੀ ਰਹਿ ਗਏ ਅਤੇ ਉਹਨਾਂ ਨੇ ਨਾ ਇੱਟੇ ਵੱਟੇ ਬਹੁਤ ਚਲਾਏ, ਫਿਰ ਉਹਨਾਂ ਨੇ ਪਥਰਾਓ ਵੀ ਬਹੁਤ ਕੀਤਾ, ਗੋਲੀ ਵੀ ਬਹੁਤ ਚਲਾਈ ਅਤੇ ਮੁੜ ਕੇ ਉਹਨਾਂ ਨੇ ਲੈਂਟਰ ਪਾੜ ਕੇ ਨਾ ਵਿੱਚੋਂ ਦੀ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਉਸ ਵੇਲੇ ਜਦੋਂ ਅੱਗ ਲਗਾਈ ਨਾ ਅਤੇ ਉਹਨਾਂ ਨੂੰ ਅੰਦਰੋਂ ਸੇਕ ਲੱਗਾ ਅਤੇ ਉਹ ਬਾਹਰ ਨੂੰ ਭੱਜੇ। ਇੱਕ ਮੇਰਾ ਦਿਓਰ ਸੀਗਾ ਉਹਨੂੰ ਵੀ ਗੋਲੀ ਵੱਜੀ ਹੋਈ ਸੀਗੀ, ਉਹ ਤਾਂ ਆਪਣੀ ਵੱਲੋਂ ਖਤਮ ਕਰ ਗਏ ਸੀਗੇ ਅਤੇ ਮੁੜ ਕੇ
ਉਹ ਉਹਨਾਂ ਨੇ ਚੁੱਕ ਕੇ ਨਾ ਬਾਹਰ ਨੂੰ ਲੱਗੇ ਲਿਆਉਣ ਮੇਰੇ ਹਸਬੈਂਡ, ਉਹਨਾਂ ਬਾਹਰ ਨੂੰ ਜਦੋਂ ਲਿਆਂਦਾ ਉਹਨਾਂ ਦੇ ਵੀ ਉਹਨਾਂ ਨੇ ਸਰੀਆ ਮਾਰਿਆ ਸਿਰ ਦੇ ਵਿੱਚ, ਅਤੇ ਉਹਨਾਂ ਦੇ ਨਾਲ ਵੀ ਉਹਨਾਂ ਦੀ ਡੈਥ ਹੋ ਗਈ। ਉਹ 12 ਵਜੇ ਤੇ ਲੱਗੇ ਹੋਏ ਅਤੇ ਉਹਨਾਂ ਨੂੰ ਰਾਤ ਦੇ 5:30 ਹੋ ਗਏ ਸੀਗੇ, ਅਤੇ ਕੋਈ SDM ਕੋਈ ਕੁਛ ਨਹੀਂ ਉੱਥੇ ਆਇਆ। ਬਥੇਰਾ ਉਹ ਉਡੀਕਦੇ ਰਹੇ ਵੀ ਕੋਈ ਪੁਲਿਸ ਆਏਗੀ ਜਾਂ ਕੋਈ ਆਣ ਕੇ ਬਚਾਏਗਾ ਇਹਨਾਂ ਨੂੰ, ਕਿਸੇ ਨੇ ਨਹੀਂ ਬਚਾਇਆ। ਹਜੂਮ ਨੇ ਸਾਰਾ ਗੁਰਦੁਆਰੇ ਨੂੰ ਘੇਰਾ ਪਾਇਆ ਹੋਇਆ ਸੀਗਾ, ਅਤੇ ਅਸੀਂ ਅਸੀਂ ਆਪਣੇ ਕੁਆਟਰ ਦੇ ਵਿੱਚ ਸਾਂਗੇ ਕੁਛ ਉੱਥੇ, ਅਤੇ ਸਾਡੇ ਕੋਲ ਦੇਖਿਆ ਨਾ ਜਾਏ। ਕਮੇਟੀ ਦਾ ਮੈਂ ਮੈਂਬਰ ਸੀਗਾ ਗੁਰਦੁਆਰੇ ਜੀ ਦਾ, ਅਤੇ ਅਸੀਂ ਉੱਥੇ ਗਏ ਪਛਾੜਾ ਕਰਨਾ ਸੀਗਾ, ਉੱਥੇ ਪਛਾੜਾ ਕਰਨ ਗਏ ਅਤੇ ਉਹ ਬਾਹਰੋਂ ਜਥੇ ਆ ਕੇ ਪੈ ਗਏ, ਦੁਨੀਆ ਆ ਕੇ ਬੰਦੇ ਅੰਦਰ ਵੜ ਗਏ, ਉਹਨਾਂ ਨੇ ਉੱਥੇ ਗੁਰਦੁਆਰੇ ਅੱਗ ਲਾ ਦਿੱਤੀ। ਅੱਗ ਲਾਉਣ ਤੋਂ ਬਾਅਦ ਬੰਦੇ ਜਿੰਨੇ ਅੰਦਰ ਗਏ 18-20 ਉਹ ਸਾਰੇ ਧੂੰ ਨਾਲ ਅੰਨੇ ਹੋ ਗਏ। ਬਾਅਦ 'ਚ ਉਹਨਾਂ ਨੇ ਸਾਰਿਆਂ ਨੂੰ ਕੱਢਿਆ ਅਤੇ ਲਾਈਨ 'ਚ ਬਿਠਾਲ ਕੇ ਸਰੀਏ ਮਾਰ ਮਾਰ ਕੇ ਮਾਰ ਦਿੱਤੇ। ਬਾਕੀ ਜਦੋਂ ਅਸੀਂ ਬਾਅਦ 'ਚ ਰਹਿ ਵੀ ਗਏ ਤਾਂ ਸਾਨੂੰ ਉਹ 'ਚ ਸਲਿੱਪਾਂ ਰੋਜ਼ ਲਾ ਜਾਂਦੇ ਵੀ ਇੱਥੋਂ ਚਲੇ ਜਾਓ ਨਹੀਂ ਤਾਂ ਤੁਹਾਨੂੰ ਮਾਰ ਦਿਆਂਗੇ। ਅਤੇ ਬਾਅਦ 'ਚ ਅਸੀਂ ਹਾਰ ਕੇ ਨੌਕਰੀ ਦਾ ਰਿਜ਼ਾਈਨ ਲਿਖ ਕੇ ਦੇ ਕੇ ਅਤੇ ਫਿਰ ਅਸੀਂ ਘਰਾਂ ਨੂੰ ਆ ਗਏ। ਮਨਜੀਤ ਸਿੰਘ ਮੇਰਾ ਬੱਚਾ ਸ਼ਹੀਦ ਹੋਇਆ, ਵੀਰ ਸਿੰਘ ਮੇਰਾ ਦੋਹਤ ਜਵਾਈ ਸ਼ਹੀਦ ਹੋਏ ਗੁਰਦੁਆਰੇ ਅੰਦਰ। ਮਹਾਰਾਜ ਦੀ ਬੀੜ ਕੱਢਣ ਗਏ ਅੰਦਰੇ, ਉਹਨਾਂ ਛੱਤਾਂ ਪਾੜ ਪਾੜ ਕੇ ਅੱਗਾਂ ਲਾ ਦਿੱਤੀਆਂ। ਜਦੋਂ ਮੇਰਾ ਬੱਚਾ ਦੌੜਾ ਉਸ ਟਾਈਮ ਤਾਰਾਂ ਵਿੱਚ ਕੇਸ ਫਸ ਗਏ, ਸਰੀਏ ਮਾਰ ਮਾਰ ਕੇ ਖਤਮ ਕਰ ਛੱਡਿਆ। ਲਹੂ ਅਲਹਾਨ 4 ਛੇਰਾ ਸੀਗਾ, ਕੋਈ ਪਤਾ ਨਹੀਂ ਲੱਗਦਾ। ਮੈਂ ਉਸ ਟਾਈਮ ਉੱਥੇ ਸੀਗੀ, ਸਾਨੂੰ ਲਾਸ਼ਾਂ ਵੀ ਨਹੀਂ ਮਿਲੀਆਂ ਉਹਨਾਂ ਦੀਆਂ। ਅਸੀਂ ਬੜੇ ਤਰਲੇ ਲਏ ਸਾਨੂੰ ਲਾਸ਼ਾਂ ਦਿਓ, ਪਰ ਪਤਾ ਨਹੀਂ ਲੱਗਦਾ ਖੇਡ ਕੇ। 16-17 ਬੰਦੇ ਸੀਗੇ ਜਿਹੜੇ ਇਸ ਤਰ੍ਹਾਂ ਅੰਦਰ ਗੁਰਦੁਆਰੇ ਘੇਰੇ 'ਚ ਮਾਰ ਦਿੱਤੇ। ਮੇਰਾ ਨਾਂ ਸੁਦੇਸ਼ ਕੌਰ ਹੈ, ਮੇਰੇ ਹਸਬੈਂਡ ਦਾ ਨਾਂ ਸਰਦਾਰ ਰਾਮ ਰਿਸ਼ਪਾਲ ਸਿੰਘ ਹੈ। ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਗੁਰਪੁਰਬ ਦੀਆਂ ਤਿਆਰੀਆਂ ਕਰ ਰਹੇ ਸੀ ਗੁਰਦੁਆਰਾ ਸਾਹਿਬ ਦੇ ਅੰਦਰ, ਇੰਨੀ ਦੇਰ ਨੂੰ ਹਜੂਮ ਇਕੱਠਾ ਹੋ ਕੇ ਆਇਆ। ਉਹਨਾਂ ਨੇ ਆ ਕੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਗਰਨੇਟ ਮਾਰ ਕੇ ਛੱਤਾਂ ਤੋੜ ਦਿੱਤੀਆਂ ਅਤੇ ਅੱਗਾਂ ਲਗਾਈਆਂ ਸਾਰੀ ਦਿਹਾੜੀ। ਇਸ ਤਰ੍ਹਾਂ ਹੀ ਸਵੇਰ ਦੇ ਆਏ ਹੋਏ 5 ਵਜੇ ਤੱਕ ਇੱਦਾਂ ਹੀ ਸ਼ਰਾਰਤੀ ਲੋਕ ਜੋ ਹੋਇਆ ਕਰਦੇ ਰਹੇ। ਫਿਰ ਵੀ 5-6 ਵਜੇ ਤਕਰੀਬਨ ਸਰਦਾਰ ਸਾਹਿਬ ਹੋਰ ਸਾਰੇ 8-10 ਬੰਦੇ ਬਾਹਰ ਆਏ, ਇਹਨਾਂ ਨੇ ਹੱਥ ਉੱਪਰ ਕਰਕੇ ਆਏ ਅਤੇ ਉਹਨਾਂ ਨੇ ਬਾਹਰ ਬਿਠਾ ਕੇ ਇਸ ਜਗ੍ਹਾ 'ਤੇ ਲਾਈਨ ਵਿੱਚ ਖੜ੍ਹੇ ਕਰਕੇ ਸਾਰੇ ਸਿੰਘ ਸ਼ਹੀਦ ਕੀਤੇ ਗਏ ਸਰੀਏ ਮਾਰ ਮਾਰ ਕੇ। ਇਸ ਜਗ੍ਹਾ 'ਤੇ ਪੱਗ ਪਈ ਹੋਈ ਸੀ ਜੋ ਸਾਨੂੰ ਪੱਗ ਮਿਲੀ ਹੈ, ਖੂਨ ਦੀ ਲਿਬੜੀ ਹੋਈ ਹੈ, ਉਹ ਅਸੀਂ ਉਹਨਾਂ ਦੀ ਯਾਦ ਰੱਖੀ ਹੋਈ ਹੈ ਆਪਣੇ ਸੀਨੇ ਨਾਲ ਲਗਾ ਕੇ, ਜਿਹਨੂੰ ਦੇਖ ਕੇ ਅਸੀਂ ਦਿਨ ਕੱਟ ਰਹੇ ਹਾਂ। ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜਿਹੜੀ ਡਾਕੂਮੈਂਟਰੀ ਆ ਉਹਦੇ ਵਿੱਚੋਂ ਅਸੀਂ ਜਿਹੜੇ ਕਸ਼ਮੀਰ ਦੇ ਰਿਆਸੀ ਗੁਰਦੁਆਰੇ ਦੇ ਵਿਕਟਮਸ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉਸ ਚੀਜ਼ 'ਚ ਸ਼ਹੀਦ ਹੋ ਗਏ ਉਹਨਾਂ ਦੇ ਅਸੀਂ ਬਿਆਨ ਸੁਣ ਰਹੇ ਸੀ। ਔਰ ਬਹੁਤ ਹੀ ਵੱਡਾ ਦੁਖਾਂਤ ਔਰ ਵਾਕਿਆ ਹੀ ਬੜਾ ਹੀ ਦਿਲ ਨੂੰ ਵਲੂੰਦਰਨ ਵਾਲਾ ਇਹ ਦਰਦ ਹੈ। ਰੇਡੀਓ ਰਮਸ ਪੰਜਾਬੀ ਏਤੀ ਮਾਰ ਪਈ ਗੁਰਲਾਣੇ ਤੈ ਕੀ ਦਰਦ ਨਾ ਆਇਆ 1984 ਦੇ ਦੁਖਾਂਤ ਨੂੰ ਵਿਅਕਤ ਵੀ ਕਰ ਰਿਹਾ, ਦੱਸ ਵੀ ਰਿਹਾ। ਉਹ ਸਾਰੇ ਜਿਹੜੇ ਟੈਕਨੀਕਲ ਆਸਪੈਕਟਸ ਹੈ ਉਹਨੂੰ ਛੂਹਣ ਦੀ ਅਸੀਂ ਪੂਰੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਅਗਲੇ ਭਾਗ ਦੇ ਵਿੱਚ ਅਸੀਂ ਕੁਲਦੀਪ ਨਈਅਰ ਜੀ ਜੋ ਕਿ ਹੁਣ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਉਹਨਾਂ ਦੇ ਨਾਲ ਮੁਲਾਕਾਤ ਸੁਣਾਵਾਂਗੇ। ਤਦ ਤੱਕ ਲਈ ਅੱਗੇ ਦਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਰਦ ਨਾ